ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਆ ਵੇਲਾ ਜਿੰਨੀ ਕੁ ਪ੍ਰਗਟ ਕਰ ਸਕੋਗੇ, ਆਪਣੇ ਆਪ ਨੂੰ ਬਾਹਰ ਕੱਢ ਸਕੋਗੇ ਕੱਢੋ, ਰਹਿ ਗਿਆ ਤੇ ਰਹਿ ਜਾਣਾ, ਨਹੀਂ ਆਪਣੇ ਆਪ ਨੂੰ ਲੱਭ ਸਕਿਆ ਤੇ ਪ੍ਰੋਬਲਮ ਪੈ ਜਾਣੀ ਹੈ। ਲੱਭੋ ਆਪਣੇ ਆਪ ਨੂੰ, ਪਰਮਾਤਮਾ ਨੂੰ ਲੱਭਣ ਵਾਸਤੇ ਵੀਰੋ ਲੰਮਾ ਚੋਲਾ ਨਹੀਂ ਚਾਹੀਦਾ। ਪਰਮਾਤਮਾ ਨੂੰ ਲੱਭਣ ਵਾਸਤੇ ਜੇ ਕਹੀਏ ਅਸੀਂ ਵੀ ਆਹ ਰੂਪ ਚਾਹੀਦਾ, ਹਿੰਦੂ ਕਹਿੰਦੇ ਆ ਸਾਡੇ ਵਾਲਾ ਆਓ ਐਂ ਬਣੋ ਤਾਂ ਰੱਬ ਮਿਲੂ, ਮੁਸਲਮਾਨ ਕਹਿੰਦੇ ਐਂ ਸੁਨਤ ਕਰੋ ਤਾਂ ਮਿਲੂ, ਸਿੱਖ ਕਹਿੰਦੇ ਐਂ ਕਰ ਐਂ ਮਿਲੂ, ਪਰਮਾਤਮਾ ਐਂ ਮਿਲੂ, ਸਾਰੇ ਆਪਣੀ ਆਪਣੀ ਡਫਲੀ ਵਜਾਉਂਦੇ ਆ। ਪਰ ਜਿਸ ਪਰਮਾਤਮਾ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਰਦੇ ਆ ਉਹਦੇ ਵਿੱਚ ਪਰਮਾਤਮਾ 'ਚ ਤੇ ਤੂੰ ਆਪ ਆਉਂਦਾ ਹੈ, ਉਹ ਤੇ ਤੈਨੂੰ ਰੱਬ ਕਹਿ ਕੇ ਕਹਿੰਦੇ ਆਪਣੇ ਆਪ ਨੂੰ ਪਛਾਣ ਲੈ ਰੱਬ ਪਛਾਣ ਹੋ ਗਿਆ, ਆਪਣੇ ਆਪ ਨੂੰ ਲੱਭ ਲੈ ਰੱਬ ਲੱਭ ਹੋ ਗਿਆ, ਆਪਣੇ ਆਪ ਨੂੰ ਵੇਖ ਲੈ ਰੱਬ ਵੇਖਿਆ ਗਿਆ, ਆਪਣੇ ਆਪ ਨੂੰ ਪਾ ਲੈ ਰੱਬ ਪਾਇਆ ਗਿਆ, ਆਪਣੇ ਆਪ ਨੂੰ ਵੇਖ। ਇੱਕ ਸੇਬ ਹੈ ਉਹ ਆਪਣੇ 'ਚ ਰਸ ਭਰੇ ਤੇ ਮੁੱਲ ਪੈ ਜਾਵੇ 200 ਰੁਪਏ ਦਾ, ਇੱਕ ਇੱਕ ਪੀਸ, ਇੱਕ ਪੀਸ 200 ਰੁਪਏ ਦਾ ਪੈ ਗਿਆ ਮੁੱਲ, ਕਿਸੇ ਦੀ ਪਿਆਸ ਬੁਝਾਤੀ, ਉਹ ਆਪਣੇ ਕੁਆਲਿਟੀ ਲੱਭੇ ਤੇ ਆਪਾਂ ਖਰੀਦੀਏ 200 ਦਾ ਤੇ ਰਸ ਨਾ ਭਰਿਆ ਫਿੱਕੜ ਹੋਵੇ, ਆਪਾਂ ਕਹਿੰਦੇ ਬੜੀ ਨਹੀਂ ਗੱਲ। ਬੰਦੇ ਨੇ ਆਪਣੀ ਕੁਆਲਿਟੀ ਭਰਨ ਤੇ ਜ਼ੋਰ ਲਾਉਣਾ ਹੁੰਦਾ, ਆਪਣੇ ਆਪ ਨੂੰ ਪ੍ਰਗਟ ਕਰਨ ਤੇ ਜ਼ੋਰ ਲਾਉਣਾ ਹੁੰਦਾ ਲੱਭਣ ਤੇ। ਆ ਲੋਕੀ ਕਰਮ ਕਾਂਡ ਅਖੇ ਜੀ, ਕਬੀਰ ਜੀ ਦਾ ਸ਼ਬਦ ਹੈ, ਮਾਥੇ ਤਿਲਕ ਹੱਥ ਮਾਲਾ ਬਾਨਾ, ਬਾਨਾ ਕਹਿੰਦੇ ਕੱਪੜੇ ਬਾਣਾ, ਲੋ ਪੜੋ ਆਸ਼ਾ ਲੋਗਨ ਰਾਮ ਖਲੋਨਾ ਜਾਣ, ਕਹਿੰਦੇ ਖਿਡੌਣਾ ਸਮਝਦੇ ਲੋਕੀ ਰੱਬ ਨੂੰ, ਵੀ ਇਹਨਾਂ ਗੱਲਾਂ ਨਾਲ ਰੱਬ ਮਿਲ ਜਾਂਦਾ, ਹੱਥ ਤਿਲਕ ਲਾ ਲਿਆ, ਹੱਥ ਮਾਲਾ ਫੜ ਲਈ, ਬਾਣਾ ਪਾ ਲਿਆ, ਮਾਲਾ ਇਹ ਇਹ ਹੈ, ਕਹਿੰਦੇ ਖੇਡ ਸਮਝਦੇ ਆ ਲੋਕ। ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜੀ, ਕਬੀਰ ਜੀ ਦਾ ਬਚਨ, ਯੂਨੀਫਾਰਮ ਪਾ ਲਓ ਤੁਸੀਂ, ਵੇਖੋ ਮੈਂ ਚੋਲਾ ਪਾ ਕੇ ਰੱਖਦਾ, ਤੂੰ ਕੁੜਤਾ ਪਜਾਮਾ ਪਾਇਆ, ਤੇ ਚੇਤਾ ਰੱਖੋ ਤੇਰੇ ਤੇ ਮੇਰੇ 'ਚ ਕੋਈ ਫਰਕ ਨਹੀਂ, ਇੱਥੇ ਜੀਨ ਪਾ ਕੇ ਬੈਠਾ ਮੈਂ, ਚੋਲਾ ਪਾ ਕੇ ਬੈਠਾ, ਇੱਕੋ ਜਿਹੇ ਆ, ਇਹਦਾ ਧਰਮ ਨਾਲ ਸੰਬੰਧ ਨਹੀਂ, ਮੈਂ ਕੋਈ ਵੱਡਾ ਧਰਮੀ ਨਹੀਂ, ਤੂੰ ਕੋਈ ਛੋਟਾ ਨਹੀਂ, ਮੇਰੀਆਂ ਭੈਣਾਂ ਦੇ ਕੱਪੜੇ ਪਾਏ ਆ ਉਹਨਾਂ ਦੇ ਵੱਖਰੇ ਆ, ਤੁਹਾਡੇ ਵੱਖਰੇ ਆ, ਮੇਰੇ ਵੱਖਰੇ ਆ, ਪਰ ਇਹਦੇ ਨਾਲ ਕੋਈ ਧਰਮ ਦਾ ਸੰਬੰਧ ਨਹੀਂ, ਸੰਬੰਧ ਹੈ ਇੱਕ ਯੂਨੀਫਾਰਮ ਹੈ, ਪਹਿਰੇਦਾਰ ਦੀ ਵਰਦੀ ਹੁੰਦੀ ਆ, ਉਹਦੇ ਬਿੱਲਾ ਲੱਗਿਆ ਹੁੰਦਾ, ਪੁਲਿਸ ਦੀ ਆਪਣੀ ਯੂਨੀਫਾਰਮ ਹੈ, ਆਰਮੀ ਦੀ ਆਪਣੀ ਯੂਨੀਫਾਰਮ ਹੈ, ਪਾਇਲਟ ਦੀ ਆਪਣੀ ਯੂਨੀਫਾਰਮ ਹੈ, ਇੱਕ ਪ੍ਰਚਾਰਕ ਹੈ ਕੱਪੜੇ ਪਾਏ, ਇਦਾਂ ਇੱਕ ਰਿਵਾਜ ਹੈ, ਇਦਾਂ ਨਹੀਂ ਕਹਿ ਸਕਦੇ ਵੀ ਇਹਦਾ ਇਹਦੇ ਨਾਲ ਬੰਦਾ ਜ਼ਿਆਦਾ ਧਰਮੀ ਹੋ ਜਾਂਦਾ। ਜਿੱਦੇ ਮੈਨੂੰ ਮੇਰਾ ਧਰਮ ਵਿਖਾਉਣਾ ਪਿਆ, ਉਦੋਂ ਮੈਨੂੰ ਮੇਰੀ ਰਹਿਣੀ ਬਹਿਣੀ ਕਹਿਣੀ ਸਹਿਣੀ ਵਿਖਾਉਣੀ ਪਊ। ਜੇ ਕਲਗੀਆਂ ਵਾਲੇ ਆ ਕੇ ਮੇਰਾ ਧਰਮ ਚੈੱਕ ਕਰਨਾ ਹੋਇਆ ਨਾ, ਉਹਨਾਂ ਨੇ ਮੇਰਾ ਚੋਲਾ ਚੈੱਕ ਨਹੀਂ ਹੋਣਾ, ਉੱਥੇ ਬੋਲੋ ਚੈੱਕ ਕਰਨਗੇ, ਲਿਆ ਕਸ਼ਹਿਰਾ ਚੈੱਕ ਕਰਾ, ਲਿਆ ਕੜਾ ਕਿੱਥੇ ਕਿੱਡਾ ਕਿ ਤੇਰਾ ਮੋਟਾ ਕਿ ਪਤਲਾ ਕੜਾ, ਕਿਰਪਾਨ ਕਿੰਨੇ ਫੁੱਟੀ ਹੈ, ਚੈੱਕ ਕਰਨਗੇ ਆ ਕੇ, ਐਂ ਕਹਿਣਗੇ ਕਰਤੂਤ ਕੀ ਹੈ ਇਹ ਵਿਖਾ, ਕਰਨੀ ਵਿਖਾ, ਟੀਚਰ ਬੈਠਾ ਤੇ ਚੈੱਕ ਕਰਨਗੇ, ਲਿਆ ਵਿਖਾ ਬਈ, ਲਿਆ ਤੇਰੇ ਕਕਾਰ ਚੈੱਕ ਕਰੀਏ, ਟੀਚਰ ਨੂੰ ਕਹਿਣਗੇ ਕਿੰਨੇ ਵਜੇ ਆਇਆ ਸੀ, ਕਿੰਨੇ ਵਜੇ ਤਨਖਾਹ ਕਿੰਨੀ ਲੈਣਾ ਤੇ ਪੜ੍ਹਾਉਣਾ ਕਿੰਨਾ, ਇਹ ਚੈੱਕ ਇਹ ਵਿਖਾ, ਹਰ ਬੰਦੇ ਨੂੰ ਇਦਾਂ ਚੈੱਕ ਹੋਣਾ। ਜੇ ਬੀਬੀ ਘਰ ਚ ਵਿਹਲੀ ਰਹਿੰਦੀ ਆ, ਉਹਨੂੰ ਵੇਖਣਾ ਵੀ ਚੈੱਕ ਇਹ ਕਰਾ ਵੀ ਹਰ ਘਰ ਦਾ ਇੱਕ ਇੱਕ ਚੀਜ਼ ਠੀਕ ਹੈ, ਪਰਫੈਕਟ ਹੈ, ਤੇਰੀ ਡਿਊਟੀ ਸਹੀ ਹੋ ਰਹੀ ਹੈ, ਆਪਣਾ ਆਪਣਾ ਕੰਮ, ਇਹ ਚੈੱਕ ਹੋ, ਇਹ ਵੇਖਣ ਗਿਆ, ਭੇਸ ਨਹੀਂ ਵੇਖਣਾ। ਤੇ ਕਹਿੰਦੇ ਲੈ ਖਿਡਾਉਣਾ ਹੀ ਸਮਝੀ ਬੈਠੇ ਆ, ਜਿਵੇਂ ਨਿਆਣਾ ਖਿਡਾਉਣਾ ਸਮਝ, ਖਿਡਾਉਣਾ ਵੀ ਨਿਆਣੇ ਵਾਲੀ ਗੱਲ ਹੈ ਵੀ ਖੇਡ ਹੈ ਕਿਤੇ ਕੋਈ ਰੱਬ, ਇਹ ਖੇਡ ਸਮਝਦੇ ਆ, ਕਹਿੰਦੇ ਖਿਡਾਉਣਾ ਹੀ ਹੈ ਵੀ ਮਾਥੇ ਤਿਲਕ ਲਾ ਲਿਆ, ਹੱਥ ਮਾਲਾ ਫੜ ਲਈ ਤੇ ਬਾਣਾ ਪਾ ਲਿਆ, ਕਹਿੰਦੇ ਰੱਬ ਮਿਲ ਗਿਆ। ਲੈ ਮਾਫ ਕਰਨਾ ਜੀ, ਨਾ ਕਾਮੀਆਂ ਸਾਡੀਆਂ ਕਈ, ਸਾਡੀਆਂ ਬਦਬਖਤੀਆਂ ਕਈ, ਸਾਡੇ ਔਗਣ ਕਈ, ਸਾਡੇ ਕਪਟ ਕਈ, ਚੋਲਿਆਂ ਹੇਠ ਲੁਕ ਜਾਂਦੇ ਨੇ ਬਹੁਤੇ, ਤੇ ਚੋਲੇ ਪਾਈ ਹੋਈ ਤਾਂ ਫਿਰਦੇ ਨੇ ਵੀ ਮੇਰੀਆਂ ਬਦਬਖਤੀਆਂ ਲੁਕ ਜਾਣ ਬਹੁਤੇ ਤੇ।
ਮੇਰੀ ਮੇਰੀ ਮੇਰੇ ਔਗਣ ਢਗੇ ਜਾਣ, ਮੇਰੀਆਂ ਕਮੀਆਂ ਢਕੀਆਂ ਜਾਣ। ਬਹੁਤੇ ਬੰਦੇ ਇਹੋ ਜਿਹੇ ਵੀ ਹੈ ਕਿ ਨਹੀਂ ਹੈ, ਬੋਲੋ। ਥੋੜੇ ਕੇਸ ਹੈ, ਥੋੜੇ ਇਹੋ ਜਿਹੇ ਬੰਦੇ, ਤਾਂ ਕਰਕੇ ਜਿੱਦੇ ਚੈੱਕ ਹੋਣਾ ਤੁਹਾਡੀ ਮੇਰੀ ਤੁਹਾਡੀ ਪ੍ਰੈਕਟੀਕਲਿਟੀ ਚੈੱਕ ਹੋਊ। ਤਾਂ ਕਰਕੇ ਵਿਹਾਰ ਧਰਮ ਕੋਈ ਇਕੱਲਾ ਕੱਪੜੇ ਮਾਲਾ ਪਾ ਲਈ, ਬਾਣਾ ਪਾ ਲਿਆ, ਤਿਲਕ ਲਾ ਲਿਆ, ਇਹਨੂੰ ਹੀ ਨਹੀਂ ਕਹਿੰਦੇ। ਧਰਮ ਕੁਝ ਹੋਰ ਹੈ। ਜਿੱਦੇ ਧਰਮ ਚੈੱਕ ਹੋਇਆ ਮੇਰਾ ਕੰਮ ਚੈੱਕ ਹੋਇਆ, ਮੇਰਾ ਕੰਮ ਚੈੱਕ ਹੋਊ ਜਿੱਦੇ ਧਰਮ ਚੈੱਕ ਹੋਇਆ। ਗੱਲ ਚ ਗੂਠਾ ਦੇਣਗੇ ਵੀ ਕਰਦਾ ਕੀ ਹੈ, ਲਿਖਿਆ ਕੀ ਹੈ, ਸੁਣਾਉਂਦਾ ਕੀ ਹੈ, ਐ ਹੋਊਗਾ। ਮੈਂ ਤਾਂ ਕਹਿੰਦਾ ਸੱਚੀ ਚੈੱਕ ਹੋ ਜਾਏ ਨਾ, ਕਦੀ ਗੱਲ ਬਣ ਜਾਏ, ਸੱਚੀ ਚੈੱਕ ਹੋ ਜਾਏ। ਲਓ ਜੀ ਹੁਣ ਸੁਣੋ ਭਗਤ ਕਬੀਰ ਜੀ ਦਾ ਸ਼ਬਦ। ਮਾਥੇ ਤਿਲ ਕੋ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਨਾ। ਲਓ ਜੀ ਖੇਡ ਸਮਝਦੇ ਆ ਕਹਿੰਦੇ,